ਧੰਨ ਵਾਹਿਗੁਰੂ ਜੀਓ। ਗੁਰੂ ਗਰੀਬ ਨਿਵਾਜ ਪ੍ਰਭ ਦਾਤਾ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਮਿਲੈ ਦਾਨ ਸੰਤਰੇਨ ਜੇਹ ਲਗ ਭਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੁ ਦਰਸ਼ ਮਨ ਚਾਉ ਭਗਤ ਇਹ ਮਨ ਠਹਿਰਾਵੈ ਬੜਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਬੜਿਓ ਚਿਰਾਗ ਅੰਧਿਆਰ ਮਹਿ ਸਭ ਕਾਲੀ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਦੀਨ ਦੁਨੀ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਤ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ। ਸਤਿਗੁਰੂ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਪ੍ਰੇਮ ਅਤੇ ਇਕਾਗਰਤਾ ਨਾਲ ਸਰਵਣ ਕੀਤੇ ਹਨ। ਅੱਜ ਆਪਾਂ ਸਾਰੇ ਹੀ ਇਹਨਾਂ ਵਿਸ਼ੇਸ਼ ਦੀਵਾਨਾਂ ਵਿੱਚ ਜਗਤ ਗੁਰੂ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਤਿਗੁਰੂ ਮਹਾਰਾਜ ਦੇ ਪਰਉਪਕਾਰਾਂ ਨੂੰ, ਹਜ਼ੂਰ ਦੇ ਉਪਦੇਸ਼ਾਂ ਨੂੰ ਆਪਣੇ ਮਨਾਂ ਵਿੱਚ ਤਾਜ਼ਿਆਂ ਕਰਨ ਵਾਸਤੇ, ਚੇਤੇ ਕਰਨ ਵਾਸਤੇ ਇਕੱਤਰ ਹੋਏ ਹਾਂ।
ਸੋ ਗੁਰਮਤ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਸਾਂਝੀ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਅਦੁੱਤੀ ਸ਼ਖਸੀਅਤ ਨੂੰ ਇਵੇਂ ਬਿਆਨ ਕੀਤਾ ਜਿਵੇਂ ਮਾਨੋ ਚਾਰ ਸ਼ਫੇਰੇ ਘੋਰ ਹਨੇਰਾ ਹੋਵੇ ਤੇ ਹਨੇਰੇ ਦੀਆਂ ਟੱਕਰਾਂ ਤੋਂ, ਠੋਕਰਾਂ ਤੋਂ, ਉਲਝਣਾਂ ਤੋਂ, ਭਟਕਣਾਂ ਤੋਂ ਬਚਣ ਵਾਸਤੇ ਮਨੁੱਖ ਦੀਵਾ ਬਾਲ ਲਵੇ, ਚਿਰਾਗ ਦੀ ਰੋਸ਼ਨੀ ਦਾ ਆਸਰਾ ਤੱਕੇ। ਉਹ ਬਲਦਾ ਹੋਇਆ ਚਿਰਾਗ, ਜਗਦਾ ਹੋਇਆ ਦੀਵਾ ਮਨੁੱਖ ਨੂੰ ਰਸਤਾ ਵਿਖਾਉਂਦਾ, ਉਸ ਹਨੇਰੇ ਦੀਆਂ ਠੋਕਰਾਂ ਤੋਂ ਬਚਾਉਂਦਾ। ਹਨੇਰੇ ਵਿੱਚ ਇੱਕ ਦੋਸ਼ ਹੈ ਬਹੁਤ ਵੱਡਾ ਕਿ ਉਹ ਹਰ ਚੀਜ਼ ਨੂੰ ਪਰਦਾਪੋਸ਼ੀ ਕਰਕੇ ਬੇਪਛਾਣ ਕਰ ਦਿੰਦਾ। ਕਈ ਵਾਰ ਆਪਣੇ ਪਰਿਵਾਰ ਦਾ ਜੀਵ ਵੀ ਸਾਹਮਣਿਓ ਆ ਰਿਹਾ ਹੋਵੇ, ਹਨੇਰੇ ਵਿੱਚ ਸਾਨੂੰ ਉਹਦਾ ਚਿਹਰਾ ਵਿਖਾਈ ਨਾ ਦੇਵੇ ਤੇ ਅਸੀਂ ਵੀ ਉਹਨੂੰ ਪੁੱਛ ਲੈਂਦੇ ਹਾਂ ਤੂੰ ਕੌਣ ਹੈ। ਇਹ ਸਵਾਲ ਅਸੀਂ ਉਹਨੂੰ ਚਾਨਣ ਵਿੱਚ ਨਹੀਂ ਕਰਦੇ ਕਿ ਤੂੰ ਕੌਣ ਹੈ, ਕਿਉਂਕਿ ਜਦੋਂ ਚਾਨਣ ਹੈ, ਜਦੋਂ ਪ੍ਰਕਾਸ਼ ਹੈ ਤਦੋਂ ਤਾਂ ਸਾਨੂੰ ਉਹਦੀ ਪਛਾਣ ਹੈ ਵੀ ਇਹ ਕੌਣ ਹੈ। ਉਹ ਕੋਈ ਓਪਰਾ ਨਹੀਂ, ਆਪਣਾ ਹੈ ਜਿਸ ਨੂੰ ਅਸੀਂ ਜਾਣਦੇ ਹਾਂ, ਜਿਹਦੇ ਨਾਲ ਸਾਡਾ ਰਿਸ਼ਤਾ ਹੈ। ਪਰ ਹਨੇਰੇ ਵਿੱਚ ਸਾਨੂੰ ਪੁੱਛਣ ਦੀ ਲੋੜ ਇਸ ਕਰਕੇ ਪਈ ਕਿਉਂਕਿ ਹਨੇਰੇ 'ਚ ਸਾਨੂੰ ਉਹਦਾ ਚਿਹਰਾ ਵਿਖਾਈ ਨਹੀਂ ਦਿੰਦਾ। ਇੱਕ ਪਰਦਾ ਹਨੇਰੇ ਨੇ ਪਾ ਦਿੱਤਾ ਵੀ ਜਿਹੜੀ ਚੀਜ਼ ਨੂੰ ਅਸੀਂ ਜਾਣਦੇ ਹਾਂ ਉਹ ਵੀ ਬੇਪਛਾਣ ਹੋ ਗਈ। ਹਰ ਚੀਜ਼ ਦਾ ਸਰੂਪ ਲੁਪਤ ਹੋ ਜਾਂਦਾ ਹੈ ਹਨੇਰੇ ਵਿੱਚ। ਇਸੇ ਤਰ੍ਹਾਂ ਜਿੰਨਾ ਚਿਰ ਸਾਡੇ ਅੰਦਰ, ਹਜ਼ੂਰ ਨੇ ਕਿਹਾ ਬਾਣੀ ਅੰਦਰ ਵੀ ਅਗਿਆਨਤਾ ਦਾ ਹਨੇਰਾ ਰਹਿੰਦਾ ਹੈ ਨਾ, ਹਰ ਚੀਜ਼ ਬੇਪਛਾਣ ਹੈ। ਭਲਾ ਕੀ ਹੈ, ਬੁਰਾ ਕੀ ਹੈ, ਅਸੀਂ ਕੇਵਲ ਇਹ ਸ਼ਬਦ ਸੁਣਦੇ ਹਾਂ, ਆਪ ਭਲਾ ਕੰਮ ਕਰੋ, ਬੁਰਾ ਕੰਮ ਛੱਡੋ। ਪਰ ਭਲੇ ਕੰਮ ਦੀ ਪਛਾਣ ਕੀ ਹੈ ਅਤੇ ਬੁਰੇ ਕੰਮ ਦੀ ਪਛਾਣ ਕੀ ਹੈ, ਪਾਪ ਕੀ ਹੈ ਅਤੇ ਪੁੰਨ ਕੀ ਹੈ, ਸਹੀ ਕੀ ਹੈ ਅਤੇ ਗਲਤ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਅਸੀਂ ਕੇਵਲ ਇਹ ਸ਼ਬਦ ਸੁਣੇ ਨੇ। ਜਿੱਥੇ ਸਾਨੂੰ ਲੱਗਦਾ ਵੀ ਸਾਡਾ ਫਾਇਦਾ ਉੱਥੇ ਅਸੀਂ ਕਹਿੰਦੇ ਹਾਂ ਵੀ ਸੱਚ ਦੀ ਗੱਲ ਕਰ ਲਓ। ਜਿੱਥੇ ਸਾਨੂੰ ਲੱਗੇ ਵੀ ਫਾਇਦਾ ਹੈ ਝੂਠ ਬੋਲਣ ਵਿੱਚ, ਉੱਥੇ ਆਪਾਂ ਕਹਿ ਦਿੰਦੇ ਹਾਂ ਵੀ ਜੀ ਦੁਨੀਆਦਾਰੀ ਹੈ, ਕਿਵੇਂ ਚੱਲੇਗਾ। ਯਾਨੀ ਕਿ ਸਾਡੇ ਆਪਣੇ ਅਰਥ ਹੁੰਦੇ ਨੇ, ਸਾਡੇ ਅਰਥ ਸਾਡੇ ਸਵਾਰਥ ਤੋਂ ਪ੍ਰੇਰਿਤ ਹੁੰਦੇ ਨੇ। ਧਰਮ ਅਤੇ ਅਧਰਮ ਦੀ ਸਾਨੂੰ ਕੋਈ ਸੋਝੀ ਨਹੀਂ, ਇਹ ਪਤਾ ਹੈ ਵੀ ਇੱਕ ਧਰਮ ਹੁੰਦਾ ਹੈ ਅਤੇ ਇੱਕ ਅਧਰਮ ਹੁੰਦਾ। ਪਰ ਧਰਮ ਦੀ ਪਛਾਣ ਕਿਵੇਂ ਹੋਵੇ, ਅਧਰਮ ਤੋਂ ਕਿਵੇਂ ਬਚਿਆ ਜਾਏ, ਦੋਨਾਂ ਚੀਜ਼ਾਂ ਦੀ ਆਈਡੈਂਟੀ, ਦੋਨਾਂ ਚੀਜ਼ਾਂ ਦੀ ਪਛਾਣ ਕਿਵੇਂ ਸਮਝ ਵਿੱਚ ਆਏ। ਅੰਦਰ ਹਨੇਰਾ ਹੈ, ਬਸ ਅਸੀਂ ਆਪਣੇ ਟੱਕਰਾਂ ਮਾਰਦੇ ਹੋਏ ਜਿਹਨੂੰ ਮਰਜ਼ੀ ਧਰਮ ਕਹਿ ਦਈਏ, ਜਿਹਨੂੰ ਮਰਜ਼ੀ ਅਧਰਮ ਕਹਿ ਦਈਏ, ਜਿਹੜੀ ਚੀਜ਼ ਸੂਟੇਬਲ ਆ ਉਹਨੂੰ ਕਹਿ ਦਿੱਤਾ ਵੀ ਇਹ ਚੰਗੀ ਹੈ, ਇਹ ਭਲਾ ਕੰਮ ਹੈ, ਇਹ ਪੁੰਨ ਹੈ, ਇਹ ਸਹੀ ਹੈ। ਜਿਹੜੀ ਸਾਨੂੰ ਫਾਇਦਾ ਨਾ ਦੇਵੇ ਨਿੱਜੀ ਤੌਰ ਦੇ ਉੱਤੇ, ਅਸੀਂ ਕਹਿੰਦੇ ਬੁਰੀ ਚੀਜ਼। ਪਰ ਇਹ ਸਾਰਾ ਕੁਝ ਬੇਪਛਾਣ ਹੈ। ਮਨੁੱਖ ਤੁਰਦਾ ਹੈ ਮਨਮਤ ਦੇ ਰਾਹ ਦੇ ਉੱਤੇ ਅਤੇ ਦੱਸਦਾ ਹੈ ਵੀ ਇਹ ਗੁਰਮਤ ਹੈ,
ਤੁਰਦਾ ਹੈ ਪਾਪ ਦੇ ਰਾਹ ਦੇ ਉੱਤੇ, ਕਹਿੰਦਾ ਇਹੀ ਸਹੀ ਹੈ ਅੱਜ ਦੇ ਜ਼ਮਾਨੇ 'ਚ, ਇਸ ਤੋਂ ਬਿਨਾਂ ਗੁਜ਼ਾਰਾ ਨਹੀਂ। ਅਜਿਹੀ ਉਲਝਣ ਵਿੱਚ ਮਨੁੱਖ ਲਗਾਤਾਰ ਫਸਿਆ ਰਹਿੰਦਾ ਹੈ। ਉਹ ਆਪਣੀ ਅਗਿਆਨਤਾ 'ਚ ਘਿਰਿਆ ਹੋਇਆ, ਸਾਰਾ ਕੁਝ ਉਹਨੂੰ ਬੇਪਛਾਣ, ਉਹਨੂੰ ਬ੍ਰਹਮ ਦੇ ਸਰੂਪ ਦਾ ਗਿਆਨ ਨਹੀਂ, ਆਪਣੇ ਅਸਤਿਤਵ, ਆਪਣੀ ਸੋਝੀ, ਆਪਣੇ ਵਜੂਦ ਦੀ ਪਛਾਣ ਨਹੀਂ ਵੀ ਮੈਂ ਕੌਣ ਹਾਂ। ਮੇਰਾ ਉਸ ਸਿਰਜਣਹਾਰ ਦੇ ਨਾਲ ਸੰਬੰਧ ਕੀ ਹੈ, ਮੇਰੀ ਉਹਦੇ ਨਾਲ ਸਾਂਝ ਕੀ ਹੈ, ਮੇਰੇ ਜੀਵਨ ਦੀ ਪਾਇਆ ਕਿੰਨੀ ਹੈ, ਮੇਰੇ ਜੀਵਨ ਦਾ ਆਧਾਰ ਕੀ ਹੈ। ਬੜੇ ਅਹਿਮ ਸਵਾਲ ਨੇ ਜਿਨ੍ਹਾਂ ਨੂੰ ਅਸੀਂ ਸਾਰੀ ਜ਼ਿੰਦਗੀ ਮੁਖਾਤਬ ਨਹੀਂ ਹੁੰਦੇ, ਜਿਨ੍ਹਾਂ ਸਵਾਲਾਂ ਨੂੰ ਅਸੀਂ ਨਾ ਚੇਤੇ ਕਰਦੇ ਹਾਂ ਅਤੇ ਨਾ ਇਹਨਾਂ ਦੇ ਜਵਾਬ ਤਾਂ ਲੱਭਣੇ, ਬਹੁਤ ਦੂਰ ਦੀ ਕੌਡੀ ਹੈ, ਦੂਰ ਦੀ ਖੇਡ ਹੈ। ਸਤਿਗੁਰੂ ਇਹਨਾਂ ਸਵਾਲਾਂ ਤੋਂ ਜਾਣੂ ਹੈ। ਜਦੋਂ ਹਜ਼ੂਰ ਮਹਾਰਾਜ ਸਾਡੇ ਵਰਗੇ ਹਨੇਰੇ 'ਚ ਭਟਕਣ ਵਾਲੇ ਜੀਵਾਂ ਨੂੰ ਵੇਖਦੇ ਹਨ ਅਤੇ ਆਪਣੇ ਅਨੁਭਵ ਦਾ ਪ੍ਰਕਾਸ਼, ਜੋ ਹਜ਼ੂਰ ਦਾ ਗਿਆਨ ਹੈ ਜੋ ਉਹਨਾਂ ਨੇ ਕਮਾਇਆ, ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲੈ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕੀਤੀ, ਬੰਦਗੀ ਕੀਤੀ, ਪਰਮੇਸ਼ਰ ਦੇ ਸੱਚ ਸਰੂਪ ਨੂੰ ਪਛਾਣਿਆ, ਨਿਰੰਕਾਰ ਅਕਾਲ ਪੁਰਖ ਦਾ ਉਹ ਰੂਪ ਹੋਏ ਅਤੇ ਹਜ਼ੂਰ ਮਹਾਰਾਜ ਨੇ ਆਪਣੇ ਅਨੁਭਵ, ਆਪਣੇ ਕਮਾਏ ਹੋਏ ਗਿਆਨ ਦਾ ਦੀਵਾ ਸੰਸਾਰ ਦੇ ਸਾਹਮਣੇ ਬਾਲਿਆ ਤਾਂ ਕਿ ਲੋਕ ਠੋਕਰਾਂ ਅਤੇ ਟੱਕਰਾਂ ਤੋਂ ਬਚ ਸਕਣ, ਲੋਕਾਂ ਦੀ ਉਲਝਣ ਦੂਰ ਹੋ ਸਕੇ, ਲੋਕ ਅਗਿਆਨਤਾ ਦੇ ਅੰਧਕਾਰ ਵਿੱਚੋਂ ਬਾਹਰ ਆ ਸਕਣ। ਇਸ ਵਾਸਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਸਾਨੂੰ ਮਾਰਗ ਦਿਖਾਇਆ, ਉਸ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਪੌੜੀਆਂ ਵਿੱਚ ਕੀਤਾ। ਇੱਕ ਥਾਂ ਭਾਈ ਸਾਹਿਬ ਲਿਖਦੇ ਨੇ, ਅਸੀਂ ਆਮ ਤੌਰ ਉੱਤੇ ਮਿਹਨਤ ਨੂੰ ਪਹਿਲਾ ਦਰਜਾ ਦਿੰਦੇ ਹਾਂ, ਗੁਰਮਤ ਬਖਸ਼ਿਸ਼ ਨੂੰ ਪਹਿਲਾ ਦਰਜਾ ਦਿੰਦੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼, ਉਹਦੇ ਦਰ ਤੋਂ ਰਹਿਮਤ ਅਤੇ ਨਦਰ ਹਾਸਲ ਕੀਤੀ ਗੁਰੂ ਨਾਨਕ ਸਾਹਿਬ ਨੇ, ਪਰ ਉਹਦੀ ਬਖਸ਼ਿਸ਼ ਅਤੇ ਨਦਰ ਸਦਕਾ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਘਾਲਣਾ, ਕਮਾਈ ਕੀਤੀ, ਸਟਰਗਲ ਕੀਤਾ, ਸੰਘਰਸ਼ ਕੀਤਾ, ਉਹਨੂੰ ਆਪਾਂ ਵੱਖਰੇ ਵੱਖਰੇ ਸ਼ਬਦਾਂ ਨਾਲ ਡਿਫਾਈਨ ਕਰ ਸਕਦੇ ਹਾਂ। ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬੜਿਆ। ਇਹਦਾ ਭਾਵ ਇਹ ਨਹੀਂ ਵੀ ਗੁਰੂ ਸਾਹਿਬ ਨੇ ਹੱਠ ਯੋਗ ਕੀਤਾ, ਇਹ ਭਾਈ ਸਾਹਿਬ ਜੀ ਦੇ ਸ਼ਬਦਾਂ ਵਿੱਚ ਗੱਲ ਕਹਿਣ ਦਾ ਅੰਦਾਜ਼ ਹੈ। ਰੇਤ ਅੱਕ ਆਹਾਰ ਯਾਨੀ ਕਿ ਬਿਖਮ ਆਹਾਰ ਕਰਨਾ, ਜਿਹਨੂੰ ਆਪਾਂ ਕਹਿੰਦੇ ਅੱਕ ਚੱਬਣਾ, ਅਜਰ ਜਰਨ ਦੀ ਸ਼ਕਤੀ ਪੈਦਾ ਕਰਨੀ, ਜੋ ਨਾ ਜਰਿਆ ਜਾਣ ਯੋਗ ਹੈ ਉਹਨੂੰ ਵੀ ਅਬਜ਼ਰਵ ਕਰ ਲੈਣਾ, ਇਹ ਸਾਡਾ ਆਮ ਮੁਹਾਵਰਾ ਹੈ। ਭਾਈ ਸਾਹਿਬ ਜੀ ਦੀਆਂ ਵਾਰਾਂ ਜਿਹੜੀਆਂ ਨੇ ਠੇਠ ਪੰਜਾਬੀ 'ਚ ਨੇ, ਉਹਨਾਂ ਨੂੰ ਸਮਝਣ ਲਈ ਤੁਹਾਨੂੰ ਪੰਜਾਬੀ ਮੁਹਾਵਰੇ ਸਮਝ ਵਿੱਚ ਆਉਣੇ ਬਹੁਤ ਜ਼ਰੂਰੀ ਨੇ। ਰੇਤ ਖਾਣੀ, ਅੱਕ ਚੱਬਣਾ, ਇਹਦਾ ਭਾਵ ਹੈ ਡਿਫੀਕਲਟ ਮਾਰਗ ਚੁਣਨਾ, ਔਖਾ ਰਸਤਾ ਚੁਣਨਾ, ਅਗਿਆਨਤਾ ਨਾਲ, ਖੁਦ ਦੀ ਅਗਿਆਨਤਾ ਨਾਲ ਲੜਨਾ ਸਭ ਤੋਂ ਔਖਾ ਕਾਰਜ ਹੈ ਅਤੇ ਦੂਜੇ ਦੀ ਅਗਿਆਨਤਾ ਨਾਲ ਲੜਨਾ ਵੀ ਸਭ ਤੋਂ ਔਖਾ ਕਾਰਜ ਹੈ। ਕੋਈ ਮਨੁੱਖ ਬੁਰਾ ਕਰਮ ਕਰ ਰਿਹਾ ਹੋਵੇ ਅਤੇ ਦੂਜਿਆਂ ਦਾ ਨੁਕਸਾਨ ਕਰੇ, ਆਪਾਂ ਕਹਿੰਦੇ ਸਾਨੂੰ ਕੀ, ਐਵੇਂ ਕਲੇਸ਼ ਗਲ ਪਵਾਵਾਂਗੇ, ਸਾਈਡ ਤੋਂ ਨਿਕਲ ਜਾਓ।
ਤਬਾਹ ਹੁੰਦਾ ਤੇ ਹੋ ਜਾਏ, ਇਹਦੀ ਮਰਜ਼ੀ ਹੈ। ਪਰ ਜਿਹਦੇ ਅੰਦਰ ਦਇਆ ਹੈ ਨਾ, ਜਿਹਦੇ ਅੰਦਰ ਤਰਸ ਹੈ, ਜਿਹਦੇ ਅੰਦਰ ਪ੍ਰੇਮ ਹੈ ਮਨੁੱਖਤਾ ਦੇ ਲਈ, ਉਹ ਆਖੇਗਾ ਨਹੀਂ। ਜਿਵੇਂ ਸਰੀਰ ਨੂੰ ਕਿਸੇ ਦੇ ਨੂੰ ਰੋਗ ਲੱਗ ਜਾਏ ਤੇ ਉਹ ਸਾਡਾ ਤਰਲਾ ਮਾਰੇ ਵੀ ਜੇ ਤੇਰੇ ਕੋਲ ਦਵਾਈ ਹੈ ਤੇ ਮੈਨੂੰ ਦੇ, ਤੇ ਬੰਦਾ ਸੋਚਦਾ ਵੀ ਮੇਰੇ ਕੋਲ ਦਵਾਈ ਹੈ ਮੈਨੂੰ ਦੇ ਦਿਆਂ ਤਾਂ ਦੁੱਖ ਰੋਗ ਪੀੜ ਕੱਟੀ ਜਾਏ। ਜਦੋਂ ਕੋਈ ਮਨੁੱਖ ਬੁਰਾਈ ਦਾ ਸ਼ਿਕਾਰ ਹੁੰਦਾ, ਪਾਪ ਦਾ ਸ਼ਿਕਾਰ ਹੁੰਦਾ, ਤੇ ਗੁਰਬਾਣੀ ਜਾਂ ਗੁਰੂ ਸਾਹਿਬ ਦੀ ਸੋਚ ਇਹ ਕਹਿੰਦੀ ਹੈ ਵੀ ਇਹ ਵੀ ਇੱਕ ਡਿਜ਼ੀਜ਼ ਹੈ, ਇੱਕ ਬਿਮਾਰੀ ਹੈ ਜਿਹੜੀ ਉਹਨੂੰ ਆਤਮਕ ਔਰ ਮਾਨਸਿਕ ਤੌਰ ਦੇ ਉੱਤੇ ਲੱਗੀ ਹੈ, ਤੁਸੀਂ ਉਹ ਤੋਂ ਖਹਿੜਾ ਛਡਾ ਲੈਂਦੇ ਹੋ ਵੀ ਇਹਦੀ ਲਾਈਫ ਹੈ ਜੋ ਇਹ ਮਰਜ਼ੀ ਕਰੇ। ਹਜ਼ੂਰ ਕਹਿੰਦੇ ਨੇ ਉਦੋਂ ਵੀ ਉਹਦੇ 'ਤੇ ਓਨਾ ਹੀ ਤਰਸ ਕਰੋ ਜਿੰਨਾ ਤੁਸੀਂ ਕਿਸੇ ਨੂੰ ਭੁੱਖਿਆਂ ਵੇਖ ਕੇ ਉਹਦੇ 'ਤੇ ਤਰਸ ਕਰਦੇ ਹੋ, ਨੰਗਿਆਂ ਵੇਖ ਕੇ ਤਰਸ ਕਰਦੇ ਹੋ, ਬੇਘਰਾ ਵੇਖ ਕੇ ਤਰਸ ਕਰਦੇ ਹੋ, ਸਰੀਰਕ ਤੌਰ 'ਤੇ ਬਿਮਾਰ ਵੇਖ ਕੇ ਤਰਸ ਕਰਦੇ ਹੋ, ਕਿਸੇ ਨੂੰ ਮੁਸੀਬਤ ਵਿੱਚ ਫਸਿਆ ਵੇਖ ਕੇ ਤਰਸ ਕਰਦੇ ਹੋ, ਉਹ ਬੁਰਾਈ ਦਾ ਸ਼ਿਕਾਰ ਹੈ, ਤਦੋਂ ਵੀ ਓਨਾ ਹੀ ਤਰਸ ਕਰੋ। ਇਹ ਰੋਗ ਤੁਹਾਨੂੰ ਬਾਹਰੋਂ ਵਿਖਾਈ ਨਹੀਂ ਦਿੰਦਾ, ਪਰ ਉਹਦੀ ਆਤਮਾ ਉਹਦੀ ਸੁਰਤ ਇਸ ਰੋਗ ਦੀ ਪਕੜ ਵਿੱਚ ਆ ਗਈ, ਇਸ ਬਿਮਾਰੀ ਦੀ ਸ਼ਿਕਾਰ ਹੋ ਗਈ। ਭਾਈ ਸਾਹਿਬ ਜੀ ਨੇ ਬੜੀਆਂ ਭਾਵਪੂਰਤ ਪੰਕਤੀਆਂ ਲਿਖੀਆਂ ਨੇ। ਭਾਰੀ ਕਰੀ ਤਪੱਸਿਆ ਵੱਡੇ ਭਾਗ, ਹਰਸਿਓ ਬਣਿਆਈ ਬਾਬਾ ਪਹਿੰਦਾ ਸੱਚ ਖੰਡ ਨੌ, ਨਿਧ ਨਾਮ ਗਰੀਬੀ ਪਾਈ। ਹਜ਼ੂਰ ਮਹਾਰਾਜ ਸੱਚ ਦੇ, ਅਕਾਲ ਪੁਰਖ ਵਾਹਿਗੁਰੂ ਦੇ ਸੱਚ ਰੂਪ ਹਿੱਸੇ ਵਿੱਚ ਜਾ ਟਿਕੇ, ਭਾਵ ਪਰਮੇਸ਼ਰ ਨਾਲ ਉਹਨਾਂ ਦਾ ਸਹਿਜ ਮਿਲਾਪ ਹੋਇਆ। ਫਿਰ ਅਗਲੀ ਜਿਹੜੀ ਗੱਲ ਹੈ ਉਹ ਬੜੀ ਬਾਕਮਾਲ ਹੈ। ਬਾਬਾ ਦੇਖੇ ਧਿਆਨ ਧਰ, ਗਉ ਨਾਲ ਵੇਖਣਾ ਨੀਝ ਨਾਲ। ਜਿੰਨੀ ਕਿਸੇ ਨੂੰ ਸਮਝ ਹੋਵੇ ਨਾ ਉਨਾ ਹੀ ਉਹ ਡੂੰਘਾ ਸੋਚੇਗਾ, ਤੇ ਉਹਦਾ ਸੰਸਾਰ ਨੂੰ ਵੇਖਣ ਦਾ ਦ੍ਰਿਸ਼ਟੀਕੋਣ ਵੀ ਉਹੋ ਜਿਹਾ ਹੋਏਗਾ। ਜੇ ਮੈਂ ਕਈ ਵਾਰ ਇੱਕ ਉਦਾਹਰਣ ਦਿੱਤੀ ਹੈ, ਇੱਕ ਨਾ ਰੁੱਖ ਹੈ, ਦੁਪਹਿਰ ਦੇ ਸਮੇਂ ਲੋਕ ਆ ਕੇ ਉਸ ਰੁੱਖ ਥੱਲੇ ਬੈਠਦੇ ਸਨ। ਇੱਕ ਦਿਨ ਉਸ ਰੁੱਖ ਦੇ ਥੱਲੇ ਇੱਕ ਲੱਕੜਹਾਰਾ ਆ ਕੇ ਬੈਠਿਆ, ਜਿਹੜਾ ਰੁੱਖ ਵੱਢਦਾ ਸੀ, ਲੱਕੜ ਵੇਚਦਾ ਸੀ। ਉਹਨੇ ਜਦੋਂ ਰੁੱਖ ਨੂੰ ਵੇਖਿਆ ਤੇ ਸੋਚਦਾ ਹੈ, ਜਿੰਨਾ ਵੱਡਾ ਇਹ ਦਰਖਤ ਹੈ, ਜਿੰਨਾ ਵੱਡਾ ਇਹਦਾ ਤਣਾ ਹੈ, ਜਿੰਨੇ ਇਹਦੇ ਟਾਂਡ ਨੇ, ਜੇ ਮੈਂ ਇਹਨੂੰ ਵੱਢ ਲਵਾਂ, ਜੜੋਂ ਪੁੱਟ ਲਵਾਂ, ਇੰਨਾ ਤਾਂ ਇੰਨੇ ਹਜ਼ਾਰ ਦਾ ਤੇ ਇਹਦੇ 'ਚੋਂ ਆਹ ਫਰਨੀਚਰ ਬਣ ਸਕਦਾ, ਤੇ ਇੰਨੇ ਦਾ ਇਹਦਾ ਬਾਲਣ ਵਿਕ ਜਾਣਾ। ਜਿਹੜਾ ਉਹ ਕੰਮ ਕਰਦਾ ਉਹਦਾ ਦ੍ਰਿਸ਼ਟੀਕੋਣ ਵੀ ਕਿਸੇ ਚੀਜ਼ ਨੂੰ ਵੇਖਣ ਦਾ ਉਹੋ ਜਿਹਾ ਹੀ ਹੈ। ਇੱਕ ਫਲ ਵੇਚਣ ਵਾਲਾ ਬੰਦਾ ਵੀ ਉਸੇ ਰੁੱਖ ਥੱਲੇ ਆ ਕੇ ਥੋੜ੍ਹਾ ਸਮਾਂ ਰੁਕਿਆ, ਉਹਨੇ ਰੁੱਖ ਵੱਲ ਝਾਤ ਮਾਰੀ, ਕਿੰਨਾ ਪਲਿਆ ਰੁੱਖ ਹੈ, ਕਿੰਨਾ ਵਧੀਆ ਰੁੱਖ ਹੈ, ਕਿੰਨਾ ਸ਼ਾਨਦਾਰ ਰੁੱਖ ਹੈ। ਕਹਿੰਦਾ ਜੇ ਇਹਦੇ ਆਕਾਰ ਦੇ ਹਿਸਾਬ ਨਾਲ ਇਹਨੂੰ ਫਲ ਪਵੇ ਨਾ, ਇੱਕ ਸੀਜ਼ਨ ਵਿੱਚ ਹੀ ਘੱਟੋ ਘੱਟ ਇੰਨਾ ਮੁਨਾਫਾ ਇਸ ਇੱਕ ਰੁੱਖ ਦੇ ਫਲ ਤੋਂ ਹੋ ਸਕਦਾ। ਹੁਣ ਬਹੁਤ ਫਰਕ ਹੈ ਨਾ, ਇੱਕ ਤਾਂ ਉਹਦੇ 'ਤੇ ਕੁਹਾੜਾ ਚਲਾਉਣ ਦੀ ਸੋਚਦਾ, ਅਤੇ ਦੂਜਾ ਇਹ ਸੋਚਦਾ ਵੀ ਜੇ ਇਹਨੂੰ ਫਲ ਲੱਗ ਜਾਏ ਤਾਂ ਇੱਕ ਸੀਜ਼ਨ 'ਚ ਇੰਨਾ ਮੁਨਾਫਾ ਦਏਗਾ, ਜੇ ਉਹ ਬਚੇਗਾ ਤਾਂ ਫਲ ਦਏਗਾ, ਜੇ ਉਹਨੇ ਫਲ ਦੇਣਾ ਤਾਂ ਫਿਰ ਉਹਨੂੰ ਕੱਟਣ ਦੀ ਲੋੜ ਨਹੀਂ। ਪਰ ਬੰਦੇ ਦੋ ਨੇ, ਰੁੱਖ ਇੱਕ ਹੈ, ਉਹਨੂੰ ਵੇਖਣ ਵਾਲੇ ਦੋ ਇਨਸਾਨ ਨੇ, ਦੋਨਾਂ ਦਾ ਦ੍ਰਿਸ਼ਟੀਕੋਣ ਵੱਖਰਾ ਵੱਖਰਾ। ਇਸੇ ਤਰ੍ਹਾਂ ਜਿੰਨੀ ਮਨੁੱਖ ਦੇ ਅੰਦਰ ਵਿਵੇਕ ਹੈ, ਜਿੰਨੀ ਉਹਦੀ ਸਮਝ ਹੈ, ਉਹ ਜਗਤ ਨੂੰ ਵੇਂਹਦਾ ਵੀ ਉਸੇ ਤਰੀਕੇ ਨਾਲ, ਇਸ ਦੁਨੀਆ ਨੂੰ ਉਸ ਦ੍ਰਿਸ਼ਟੀਕੋਣ ਤੋਂ ਵੇਂਹਦਾ। ਭਾਈ ਸਾਹਿਬ ਜੀ ਨੇ ਇੱਕ ਜਗ੍ਹਾ ਦੇ ਉੱਤੇ ਲਿਖਿਆ, ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭ ਨਾ ਕਰ ਦੇਖੈ, ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲੇਖੇ।
ਜਿਸ ਮਨੁੱਖ ਨੇ ਆਪ ਕੋਈ ਭਲਾ ਕੰਮ ਨਾ ਕਰਨਾ ਹੋਵੇ ਉਹ ਕਹੇਗਾ ਇਹ ਦੁਨੀਆ ਬੜੀ ਖਰਾਬ ਹੈ, ਇੱਥੇ ਕੋਈ ਬੰਦਾ ਚੰਗਾ ਨਹੀਂ, ਸਾਰੇ ਲੋਕ ਸਵਾਰਥੀ ਨੇ, ਦੁਨੀਆ ਨੂੰ ਕੋਈ ਨਹੀਂ ਬਚਾ ਸਕਦਾ, ਕੋਈ ਫਾਇਦਾ ਹੀ ਨਹੀਂ ਇੱਥੇ ਚੰਗਾ ਕੰਮ ਕਰਨ ਦਾ, ਕਿਉਂਕਿ ਉਹਦੇ ਅੰਦਰ ਦਾ ਜਿੰਨਾ ਕੁ ਮਾਦਾ ਉਹ ਮੁੱਕ ਗਿਆ। ਕਈ ਵਾਰ ਤਾਂ ਅਸੀਂ ਇੱਕ ਪੈਰ ਵੀ ਨਹੀਂ ਪੁੱਟਦੇ ਚੰਗੇ ਕੰਮ ਨੂੰ ਅਤੇ ਪਹਿਲਾਂ ਹੀ ਬਲੇਮ ਕਰਨ ਲੱਗ ਜਾਂਦੇ ਵੀ ਇਹ ਦੁਨੀਆ ਨਹੀਂ ਸੁਧਰ ਸਕਦੀ। ਇਹਦਾ ਮਤਲਬ ਹੈ ਕਿ ਤੂੰ ਦੂਜਿਆਂ ਨੂੰ ਬਲੇਮ ਕਰਕੇ ਵੀ ਇਹਨਾਂ ਦਾ ਭਲਾ ਹੋ ਹੀ ਨਹੀਂ ਸਕਦਾ, ਮੈਂ ਇਸ ਕਰਕੇ ਕਰਨਾ ਹੀ ਨਹੀਂ, ਤੂੰ ਪਹਿਲਾਂ ਹਥਿਆਰ ਸੁੱਟ ਦਿੱਤੇ। ਇਹਦਾ ਮਤਲਬ ਤੇਰੇ ਅੰਦਰ ਵੀ ਤੇ ਵਰਤਣ ਲਈ ਭਲਾਈ ਹੈ ਨਹੀਂ ਨਾ, ਜੇ ਹੁੰਦੀ ਤਾਂ ਤੂੰ ਇਹ ਚੀਜ਼ ਵੇਖਣੀ ਨਹੀਂ ਸੀ, ਤੂੰ ਤਾਂ ਆਪਣਾ ਸੁਭਾਅ ਵਰਤਣਾ ਸੀ ਨਾ, ਜੋ ਤੇਰੇ ਅੰਦਰ ਹੈ ਤੂੰ ਤਾਂ ਉਹਨੂੰ ਵਰਤਣਾ। ਕੋਈ ਤੇਰੀ ਭਲਾਈ ਤੋਂ ਲਾਭ ਲਵੇ ਚਾਹੇ ਨਾ ਲਵੇ ਤੈਨੂੰ ਇਸ ਗੱਲ ਦਾ ਫਿਕਰ ਕਰਨ ਦੀ ਲੋੜ ਨਹੀਂ। ਜਦੋਂ ਕੋਈ ਫੁੱਲ ਫੁਲਵਾੜੀ ਵਿੱਚ ਖਿੜਦਾ ਹੈ ਤਾਂ ਕੋਈ ਉਹਦੇ ਨੇੜੇ ਆ ਕੇ ਉਹਦੀ ਸੁਗੰਧੀ ਮਾਣੇ ਚਾਹੇ ਨਾ ਮਾਣੇ, ਇਹ ਤਾਂ ਉਹਦੀ ਮੌਜ ਹੈ, ਉਹਦਾ ਜਿਹੜਾ ਖੇੜਾ ਹੈ ਉਹਦੀ ਜਿਹੜੀ ਸੁਗੰਧ ਹੈ, ਕੀ ਉਹ ਕੇਵਲ ਉਦੋਂ ਹੀ ਹੁੰਦੀ ਹੈ ਜਦੋਂ ਕੋਈ ਉਹਦੇ ਕੋਲ ਜਾਂਦਾ ਹੈ। ਕੋਈ ਵੀ ਨਾ ਹੋਵੇ, ਉਹ ਫੁੱਲ ਇਕੱਲਾ ਖਿੜਿਆ ਹੋਵੇ ਤਦੋਂ ਵੀ ਉਨੀ ਸੁਗੰਧੀ ਦਿੰਦਾ ਹੈ, ਉਨਾ ਹੀ ਉਹਦੇ 'ਤੇ ਖੇੜਾ ਹੁੰਦਾ ਹੈ, ਉਨਾ ਹੀ ਉਹਦਾ ਸੁੰਦਰ ਸਰੂਪ ਹੁੰਦਾ ਹੈ। ਇਹ ਤਾਂ ਉਹਦੀ ਪਛਾਣ ਹੈ, ਇਹ ਉਹਦੀ ਖੂਬੀ ਹੈ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਤੂੰ ਮਨੁੱਖ ਇਹ ਬਲੇਮ ਉਦੋਂ ਕਰਦਾ ਜਦੋਂ ਉਹਨੇ ਖੁਦ ਚੰਗਾ, ਉਹਦੇ ਅੰਦਰ ਚੰਗਿਆਈ ਹੈ ਹੀ ਨਹੀਂ, ਇਸ ਕਰਕੇ ਉਹਦੇ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਉਹ ਕਰਦਾ ਵੀ ਭਲਾ ਤਾਂ ਮੈਂ ਬੰਦਾ ਬਹੁਤ ਹਾਂ ਪਰ ਮੈਂ ਤਾਂ ਨਹੀਂ ਕਰਦਾ ਵੀ ਲੋਕਾਂ ਨੂੰ ਮੇਰੇ ਭਲੇ ਦੀ ਸਾਰ ਨਹੀਂ। ਜੇ ਤੇਰੇ ਅੰਦਰ ਭਲਾ ਹੁੰਦਾ ਤਾਂ ਤੂੰ ਰੋਕ ਨਹੀਂ ਸੀ ਸਕਦਾ, ਫੁੱਲ ਦੀ ਸੁਗੰਧੀ ਵਾਂਗ ਤੂੰ ਸੁਗੰਧ ਬਖੇਰ ਦੇਣੀ ਸੀ, ਭਾਵੇਂ ਕੋਈ ਭਵਰਾ ਆ ਕੇ ਉਸ ਸੁਗੰਧ ਰਸ ਨੂੰ ਮਾਣੇ ਚਾਹੇ ਨਾ ਮਾਣੇ, ਤੇਰੀ ਤਾਂ ਕੁਆਲਿਟੀ ਆਪਣੀ ਹੈ ਨਾ। ਪਰ ਜਿਹੜਾ ਭਲਾ ਹੈ ਉਹਨੂੰ ਇਹ ਪੁੱਛਣ ਦੀ ਲੋੜ ਨਹੀਂ ਪੈਂਦੀ ਵੀ ਕੋਈ ਸੱਜਣ ਸੁਧਰੇਗਾ ਕਿ ਨਹੀਂ ਸੁਧਰੇ, ਉਹ ਤਾਂ ਪਹੁੰਚ ਜਾਂਦਾ। ਕੋਈ ਭੂਮੀਆਂ ਚੋਰ ਬਦਲੇਗਾ ਕਿ ਜੇ ਭੂਮੀਆਂ ਚੋਰ ਨਾ ਬਦਲਦਾ, ਇੱਕ ਉਦਾਹਰਣ ਦੇਣਾ, ਅਤੇ ਗੁਰੂ ਨਾਨਕ ਸਾਹਿਬ ਦਾ ਕੁਝ ਘੱਟ ਜਾਣਾ ਸੀ? ਨਹੀਂ, ਗੁਰੂ ਨਾਨਕ ਮਹਾਰਾਜ ਤਾਂ ਉਹ ਦੀਪਕ ਨੇ ਜਿਹੜੇ ਰੋਸ਼ਨੀ ਦੇਣ ਪਹੁੰਚੇ। ਕੋਈ ਅੱਖ ਖੋਲ੍ਹ ਕੇ ਤੱਕ ਲਏ ਤਾਂ ਠੋਕਰ ਤੋਂ ਬਚ ਜਾਏਗਾ, ਕੋਈ ਅੱਖਾਂ ਮੀਟ ਲਏ ਤਾਂ ਡਿੱਗ ਪਏਗਾ। ਦੀਵੇ ਨੂੰ ਘਾਟਾ ਕੋਈ ਨਹੀਂ ਅਤੇ ਵਾਧਾ ਕੋਈ ਨਹੀਂ, ਉਹਦੀ ਤਾਂ ਆਪਣੀ ਮੌਜ ਹੈ। ਉਹਦਾ ਕਰਮ ਹੈ ਪ੍ਰਕਾਸ਼ ਵੰਡਣਾ, ਉਹਦਾ ਕਰਮ ਹੈ ਚਾਨਣ ਦੇਣਾ, ਦੂਜੇ ਦੇ ਹਨੇਰੇ ਰਾਹਾਂ ਨੂੰ ਰੁਸ਼ਨਾ ਦੇਣਾ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਤੋਂ ਸਲਾਹ ਕਰਦਿਆਂ ਕਹਿੰਦੇ ਨੇ, ਜਲਤੀ ਸਭ ਪ੍ਰਿਥਵੀ ਦੇ ਸਿਆਈ। ਹਜ਼ੂਰ ਨੇ ਵੇਖਿਆ ਵੀ ਸੜਦੀ ਬਲਦੀ ਲੁਕਾਈ, ਹਰ ਪਾਸੇ ਹਾਹਾਕਾਰ ਹੈ, ਦੁੱਖ ਔਰ ਤਕਲੀਫ਼ ਹੈ। ਮਹਾਰਾਜ ਨੇ ਇਸ ਨੂੰ ਕਈ ਪੱਖਾਂ ਤੋਂ ਆਪਣੀ ਬਾਣੀ ਵਿੱਚ ਐਕਸਪਲੇਨ ਕੀਤਾ ਹੈ, ਵਿਆਖਿਆ ਕੀਤੀ ਹੈ। ਕੁਝ ਮੁਸ਼ਕਲਾਂ ਬੇਸਿਕਲੀ ਤਾਂ ਮੁਸ਼ਕਲਾਂ ਬੰਦੇ ਦੇ ਅੰਦਰ ਹੀ ਹੈ, ਉੱਥੋਂ ਹੀ ਉਹ ਪਰਿਵਾਰ 'ਚ ਆਉਂਦੀਆਂ ਨੇ, ਉੱਥੋਂ ਹੀ ਉਹ ਸਮਾਜ 'ਚ ਆਉਂਦੀਆਂ ਨੇ, ਉੱਥੋਂ ਹੀ ਉਹ ਮਜ਼ਹਬਾਂ 'ਚ ਆਉਂਦੀਆਂ ਨੇ, ਉੱਥੋਂ ਹੀ ਉਹ ਰਾਜਨੀਤੀ 'ਚ ਆਉਂਦੀਆਂ ਨੇ। ਜਦੋਂ ਬੰਦੇ ਦੇ ਅੰਦਰ ਜੋ ਕੁਝ ਹੈ ਉਹ ਜੋ ਜਿੱਥੇ ਜਾਏਗਾ ਉਹ ਨਾਲ ਹੀ ਲੈ ਕੇ ਸਾਰਾ ਕੁਝ ਜਾਏਗਾ। ਤੀਰਥ 'ਤੇ ਜਾਏਗਾ ਤਾਂ ਵੀ ਨਾਲ ਲੈ ਕੇ ਜਾਏਗਾ, ਰਾਜਨੀਤਿਕ ਪਦਵੀ 'ਤੇ ਬੈਠੇਗਾ ਤਾਂ ਵੀ ਨਾਲ ਲੈ ਕੇ ਜਾਏਗਾ, ਸਮਾਜ ਵਿੱਚ ਦੁਨੀਆਦਾਰੀ 'ਚ ਵਿਚਰੇਗਾ ਤਾਂ ਵੀ ਉਹਨੇ ਆਪਣਾ ਆਪਾਂ ਤਾਂ ਨਾਲ ਹੀ ਲੈ ਕੇ ਜਾਣਾ। ਬੰਦਾ ਤਨ ਦੇ ਲਿਬਾਸ ਬਦਲ ਸਕਦਾ ਹੈ, ਆਪਣੀ ਆਤਮਾ ਦਾ ਸੁਭਾਅ ਕਿਵੇਂ ਬਦਲੇ? ਉੱਥੇ ਜਿੱਥੇ ਜਾਏਗਾ ਨਾਲ ਲੈ ਕੇ ਜਾਏਗਾ।
ਤਾਂ ਹੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਵਾਰ ਬਨਾਰਸ ਵਿੱਚ ਇੱਕ ਸਾਧੂ ਨੂੰ ਇਹ ਉਪਦੇਸ਼ ਦਿੱਤਾ ਸੀ। ਜਦੋਂ ਉਹਨੇ ਕਿਹਾ, ਮਹਾਰਾਜ ਤੁਸੀਂ, ਤੁਹਾਨੂੰ ਇੱਥੇ ਆਲੇ ਦੁਆਲੇ ਦੇ ਲੋਕ ਬੜੇ ਪੁੱਜੀ ਹੋਈ ਹਸਤੀ ਸਮਝਦੇ ਨੇ, ਪਰ ਤੁਹਾਡੇ ਕੋਲ ਨਾ ਕੋਈ ਸਾਲਗ੍ਰਾਮ ਹੈ, ਨਾ ਤੁਲਸੀ ਦੀ ਮਾਲਾ ਹੈ, ਨਾ ਤੁਹਾਡਾ ਸਾਧੂਆਂ ਵਾਲਾ ਵੇਸ ਹੈ। ਤੁਸੀਂ ਕਿਹੋ ਜਿਹੇ ਸਾਧੂ ਹੋਏ? ਸਾਧੂ ਦੀ ਇੱਕ ਮਰਿਆਦਾ ਹੁੰਦੀ ਹੈ ਵੀ ਆਹ ਚੀਜ਼ਾਂ ਉਹਦੇ ਕੋਲ ਹੋਣ ਅਤੇ ਉਹ ਸਾਧੂ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਉੱਥੇ ਜੋ ਸ਼ਬਦ ਕਿਹਾ, ਸਾਲਗ੍ਰਾਮ ਬਿਪ ਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ, ਰਾਮ ਨਾਮ ਜਪ ਬੇੜਾ ਬੰਦੋ ਦਇਆ ਕਰੋ ਦਇਆਲਾ। ਹਜ਼ੂਰ ਨੇ ਕਿਹਾ, ਜੇ ਮੈਂ ਤੁਲਸੀ ਦੀ ਮਾਲਾ ਰੱਖ ਲਵਾਂ, ਸਾਲਗ੍ਰਾਮ ਇੱਕ ਪੱਥਰ ਨੂੰ ਕਹਿੰਦੇ ਨੇ ਜਿਹਨੂੰ ਵਿਸ਼ਨੂੰ ਭਗਵਾਨ ਸਮਝ ਕੇ ਉਹਦੀ ਪੂਜਾ ਕੀਤੀ ਜਾਂਦੀ ਹੈ, ਹਜ਼ੂਰ ਕਹਿੰਦੇ ਇਹਦਾ ਮਤਲਬ ਫਿਰ ਮੈਨੂੰ ਲੋਕ ਸਾਧੂ ਮੰਨਣਗੇ। ਕਹਿਣ ਲੱਗੇ, ਜੀ ਸਾਧੂਆਂ ਦੀ ਪਛਾਣ ਤਾਂ ਇਹੀ ਹੈ ਵੀ ਆਹ ਚੀਜ਼ਾਂ ਉਹਨਾਂ ਕੋਲ ਲਾਜ਼ਮ ਨੇ, ਵੈਸ਼ਨੋ ਸਾਧੂਆਂ ਕੋਲ। ਹਜ਼ੂਰ ਨੇ ਆਖਿਆ, ਮੈਂ ਕਿਸੇ ਨੂੰ ਦੱਸਣ ਆਇਆ ਹੀ ਨਹੀਂ ਵੀ ਮੈਂ ਸਾਧੂ ਹਾਂ। ਤੁਸੀਂ ਦੱਸਣ ਆਇਓ, ਤੁਹਾਨੂੰ ਚਿੰਤਾ ਹੋਏਗੀ ਵੀ ਆਹ ਚੀਜ਼ਾਂ ਲੈ ਕੇ ਜਾਵਾਂ, ਹੋਰੇ ਅਗਲਾ ਸਾਧੂ ਮੰਨੇ ਕਿ ਨਾ ਮੰਨੇ। ਮੈਂ ਕਿਸੇ ਨੂੰ ਦੱਸਣ ਆਇਆ ਹੀ ਨਹੀਂ ਅਤੇ ਮੈਨੂੰ ਸਾਧ ਹੋਣ ਵਾਸਤੇ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ। ਮੇਰਾ ਸੋਚਣਾ ਹੋਰ ਹੈ, ਮੈਂ ਸਮਝਦਾ ਸਾਧੂ ਹੋਣ ਲਈ ਕੁਝ ਹੋਰ ਸਫ਼ਰ ਤੈਅ ਕਰਨਾ ਜ਼ਰੂਰੀ ਹੈ। ਇਹ ਤਾਂ ਚੋਰ ਚੱਕਾ ਵੀ ਰੱਖ ਲਏਗਾ, ਜਿਹਨੇ ਸਾਧ ਪੁਣਾ ਵਿਖਾਉਣਾ ਹੋਵੇ ਉਹ ਤਾਂ ਚੀਜ਼ਾਂ ਬਾਜ਼ਾਰੋਂ ਖਰੀਦੇਗਾ, ਮਾਲਾ ਅਤੇ ਸਾਲਗ੍ਰਾਮ ਅਤੇ ਚੀਜ਼ਾਂ ਅਤੇ ਉਹ ਕੋਲ ਲੈ ਕੇ ਚਲਾ ਜਾਏਗਾ, ਅਗਲੇ ਮੰਨ ਲੈਣਗੇ ਵੀ ਸਾਧੂ ਹੈ। ਇਸ ਤਰ੍ਹਾਂ ਕੀ ਹੋ ਜਾਏਗਾ? ਫਿਰ ਵੀ ਬੁਝਿਆ ਹੋਇਆ ਦੀਵਾ ਰੋਸ਼ਨੀ ਤਾਂ ਨਹੀਂ ਨਾ ਦੇ ਸਕਦਾ, ਭਾਵੇਂ ਸੋਨੇ ਦਾ ਦੀਵਾ ਹੀ ਹੋਵੇ। ਅਤੇ ਜਿਹੜੇ ਦੀਵੇ 'ਚ ਤੇਲ ਹੈ, ਜਿਹਦੇ 'ਚ ਵੱਟੀ ਲੱਗੀ ਹੋਈ ਹੈ, ਜਿਹਨੂੰ ਬਾਹਰੋਂ ਅੱਗ ਛੁਆ ਦਿੱਤੀ, ਉਹ ਪ੍ਰਕਾਸ਼ ਦਏਗਾ ਭਾਵੇਂ ਮਿੱਟੀ ਦਾ ਹੀ ਹੋਵੇ। ਅਤੇ ਮਸਲਾਂ 'ਤੇ ਹੱਲ ਚਾਨਣ ਨੇ ਕਰਨਾ। ਦੀਵਾ ਸੋਨੇ ਦਾ ਹੋਵੇ ਚਾਹੇ ਮਿੱਟੀ ਦਾ ਹੋਵੇ, ਇਹਦੇ ਨਾਲ ਕੀ ਫਰਕ ਪੈਂਦਾ? ਇਹਦਾ ਭਾਵ ਇਹ ਸੀ ਵੀ ਜੇ ਬੰਦਾ ਆਪਣੇ ਤਨ ਉੱਤੇ ਕੇਵਲ ਇਹ ਲੇਬਲ ਹੀ ਲਾ ਲਵੇ ਕਿ ਮੈਂ ਸਾਧੂ ਹਾਂ, ਮੈਂ ਧਾਰਮਿਕ ਹਾਂ, ਮੈਂ ਬਹੁਤ ਇਮਾਨਦਾਰ, ਮੈਂ ਧਰਮੀ ਹਾਂ, ਯਾਨੀ ਕਿ ਕਿਹੋ ਜਿਹੀ ਵੀ ਬੰਦਾ ਆਪਣੀ ਪਛਾਣ ਬਾਹਰੋਂ ਦੱਸਣ ਦਾ ਪ੍ਰਯਾਸ ਕਰੇ, ਯਤਨ ਕਰੇ, ਜੇ ਉਹਦੇ ਅੰਦਰ ਚਾਨਣ ਨਹੀਂ, ਨਾ ਉਹ ਖੁਦ ਰਾਹ ਤਲਾਸ਼ ਸਕੇਗਾ ਅਤੇ ਨਾ ਉਹ ਕਿਸੇ ਨੂੰ ਰਾਹ ਵਿਖਾ ਸਕੇਗਾ। ਉਹ ਬਾਹਰੋਂ ਚਮਕਦਾ ਹੋਇਆ ਸੋਨੇ ਵਰਗਾ ਇਨਸਾਨ, ਬਾਹਰੋਂ ਫਰਿਸ਼ਤਾ ਬਣ ਕੇ ਵਿਖਾਉਣ ਵਾਲਾ ਇਨਸਾਨ, ਨਾ ਖੁਦ ਆਪਣੀ ਭਟਕਣਾ ਤੋਂ ਮੁਕਤ ਹੋ ਸਕੇਗਾ, ਨਾ ਕਿਸੇ ਨੂੰ ਬਚਾ ਸਕੇਗਾ। ਜਿਸ ਦੇ ਅੰਦਰ ਚਾਨਣ ਹੈ, ਜਿਹਦੀ ਆਤਮਾ ਰੋਸ਼ਨ ਹੈ, ਜਿਹਦੀ ਸੁਰਤ ਉੱਚੀ ਹੈ, ਜਿਹਦਾ ਮਨ ਪਰਵਦਗਾਰ ਦੀ ਸਿਫਤ ਸਲਾਹ ਨਾਲ ਇੱਕ ਮਿੱਕ ਹੈ, ਜਿਹਨੇ ਹਨੇਰੇ 'ਚੋਂ ਆਪ ਨਿਕਲਣ ਦਾ ਰਾਹ ਲੱਭ ਲਿਆ, ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀ। ਉਹ ਜਗਦਾ ਹੋਇਆ ਦੀਪਕ ਹੈ, ਉਹ ਦੂਜੇ ਨੂੰ ਰਾਹ ਵਿਖਾ ਸਕਦਾ, ਦੂਜੇ ਦਾ ਭਲਾ ਕਰ ਸਕਦਾ। ਅਤੇ ਹਜ਼ੂਰ ਨੇ ਉਹਨੂੰ ਕਿਹਾ ਸੀ, ਕਾਹੇ ਕਲਰਾ ਸਿੰਚੋ ਜਨਮ ਗਵਾਵੋ। ਕਲਰ ਦੀ ਜ਼ਮੀਨ ਵਿੱਚ ਜਿੰਨਾ ਮਰਜ਼ੀ ਪਾਣੀ ਭਰੀ ਜਾਈਏ, ਉਹ ਪਾਣੀ ਜੀਰਦਾ ਨਹੀਂ, ਮਿੱਟੀ ਗਲਦੀ ਨਹੀਂ ਅਤੇ ਉਹਦੇ 'ਚ ਫਸਲ ਪੈਦਾ ਨਹੀਂ ਹੋ ਸਕਦੇ। ਇਸ ਕਰਕੇ ਜ਼ਿਮੀਂਦਾਰ ਉਹਨੂੰ ਬਾਂਝ ਜ਼ਮੀਨ ਕਹਿੰਦਾ। ਹਜ਼ੂਰ ਕਹਿੰਦੇ, ਕਲਰ ਨੂੰ ਜਿੰਨਾ ਮਰਜ਼ੀ ਪਾਣੀ ਦੇਈ ਜਾਓ, ਜਦੋਂ ਉਸ ਮਿੱਟੀ ਵਿੱਚ ਦਾਣੇ ਉੱਗ ਹੀ ਨਹੀਂ ਸਕਦੇ, ਫਸਲ ਪੈਦਾ ਹੋ ਹੀ ਨਹੀਂ ਸਕਦੀ, ਅਤੇ ਲਾਭ ਕੀ ਹੈ? ਤੂੰ ਕਲਰ ਸਿੰਚ ਰਿਹਾ, ਤੂੰ ਹਿਰਦੇ ਦੀ ਭੂਮੀ 'ਤੇ ਸਵਾਰਦਾ ਨਹੀਂ ਅਤੇ ਬਾਹਰੋਂ ਇਹਦੇ 'ਤੇ ਪਾਣੀ ਸੁੱਟੀ ਜਾਂਦਾ। ਕਾਚੀ ਟਹਿਗ ਦਿਵਾਲ ਕਾਹੇ ਗੱਚ ਲਾਵੋ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਰੂਪ ਵਿੱਚ ਫਰਮਾਇਆ, ਜਲਤੀ ਸਭ ਪ੍ਰਿਥਵੀ ਦੇ ਸਿਆਈ, ਬਾਝੋਂ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਪਰ ਹਜ਼ੂਰ ਨੇ ਇਹਦਾ ਕਾਰਨ ਵੀ ਲੱਭਿਆ,
ਵੀ ਸੜਦਾ ਬੜਦਾ ਸੰਸਾਰ ਜਿਹੜਾ ਕਿਵੇਂ ਸ਼ਾਂਤ ਹੋ ਸਕਦਾ। ਉਹ ਹੱਲ, ਉਹ ਕਾਰਨ ਇਹ ਸੀ ਕਿ ਗੁਰੂ ਤੋਂ ਜਦੋਂ ਮਨੁੱਖ ਟੁੱਟਦਾ ਤਾਂ ਸਮਝੋ ਚਾਨਣ ਵੱਲ ਪਿੱਠ ਕਰ ਲੈਂਦਾ, ਉਹ ਸਾਰਾ ਸਫ਼ਰ ਹਨੇਰੇ ਵਿੱਚ ਕਰਦਾ ਅਤੇ ਦੋਸ਼ ਵੀ ਦੂਜਿਆਂ ਨੂੰ ਦਿੰਦਾ। ਉਹਨੂੰ ਗੁਰੂ ਦੀ ਸਾਰ ਨਹੀਂ ਹੁੰਦੀ ਵੀ ਗੁਰੂ ਦਾ ਮੇਰੇ ਜੀਵਨ 'ਚ ਕੀ ਮਹੱਤਵ ਹੈ, ਉਹ ਨਾ ਗੁਰੂ ਨਾਲ ਕੋਈ ਸਾਂਝ ਜੋੜਦਾ ਅਤੇ ਨਾ ਗੁਰੂ ਦਾ ਉਪਦੇਸ਼ ਮੰਨਦਾ। ਗੁਰੂ ਤੋਂ ਅੰਦਰੂਨੀ ਤੌਰ 'ਤੇ ਟੁੱਟਿਆ ਹੋਣ ਸਦਕਾ ਵਿਵੇਕ ਤੋਂ ਦੂਰੀ ਬਣਾ ਕੇ ਉਹ ਮਨੁੱਖ ਹਨੇਰੇ ਦੀਆਂ ਠੋਕਰਾਂ ਖਾਂਦਾ, ਟੱਕਰਾਂ ਖਾਂਦਾ, ਮੁਸ਼ਕਲਾਂ 'ਚ ਫਸਦਾ, ਕੁਰਾਏ ਪੈਂਦਾ ਅਤੇ ਫਿਰ ਉਹਦੇ 'ਚੋਂ ਪੈਦਾ ਹੋਣ ਵਾਲੀਆਂ ਕਠਿਨਾਈਆਂ ਨੂੰ ਝੱਲਦਾ ਰਹਿੰਦਾ ਅਤੇ ਦੁਖੀ ਹੁੰਦਾ ਰਹਿੰਦਾ। ਭਾਵੇਂ ਬਲੇਮ ਜਿੰਨਾ ਮਰਜ਼ੀ ਕਰੇ, ਮੁਸੀਬਤ ਘਟਦੀ ਨਹੀਂ। ਵਾਜੋਂ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਤੋ ਇਸ ਮਸਲੇ ਦਾ ਹੱਲ ਕਰਨ ਲਈ ਹਜ਼ੂਰ ਨੇ ਸੋਚਿਆ, ਇੱਕ ਤਿਆਗ ਹੈ, ਇੱਕ ਕੁਰਬਾਨੀ ਹੈ। ਕਿਸੇ ਲਈ ਅਸੀਂ ਆਪਣਾ ਕੰਮ ਕਾਰ ਕਰ ਰਹੇ ਹੋਈਏ, ਕੋਈ ਸਾਨੂੰ ਆਖੇ ਵੀ ਸਾਨੂੰ ਤੁਹਾਡੇ 15 ਮਿੰਟ ਚਾਹੀਦੇ ਨੇ, ਤੁਸੀਂ ਆ ਸਕਦੇ ਹੋ? ਇੱਕ ਵਾਰ ਤਾਂ ਬੰਦਾ ਸੋਚਦਾ ਵੀ ਐਵੇਂ ਆਰਾਮ ਨਾਲ ਬੈਠੇ ਹਾਂ ਜਾਂ ਆਪਣਾ ਕੰਮ ਕਰ ਰਹੇ ਹਾਂ, ਮੈਂ ਸਾਰਾ ਕੰਮ ਛੱਡ ਕੇ ਅਤੇ ਇਹਦੇ ਕੰਮ ਜਾਵਾਂ, ਔਖਾ ਹੈ। ਗੁਰੂ ਨਾਨਕ ਮਹਾਰਾਜ ਇੱਕ ਐਸੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ, ਪਿਤਾ ਜੀ ਪਟਵਾਰੀ, ਮਹਿਤਾ ਸ਼ਬਦ ਪਟਵਾਰੀ ਲਈ ਵਰਤਿਆ ਜਾਂਦਾ, ਕਲਿਆਣ ਦਾਸ। ਹਜ਼ੂਰ ਦੇ ਘਰ ਵਿੱਚ ਨਾ ਜ਼ਮੀਨ ਦੀ ਘਾਟ, ਨਾ ਜਾਇਦਾਦ ਦੀ ਘਾਟ, ਨਾ ਪਦਾਰਥ ਦੀ ਘਾਟ, ਨਾ ਦੌਲਤ ਦੀ, ਔਰ ਨਾ ਹੀ ਮਾਣ ਸਨਮਾਨ ਦੀ। ਹਰ ਇਲਾਕੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਨੂੰ ਮਾਣ ਸਨਮਾਨ ਪਰਿਵਾਰਕ ਤੌਰ 'ਤੇ ਮਿਲੇ, ਯਾਨੀ ਕਿ ਜਿਹਨੂੰ ਆਪਾਂ ਵੈੱਲ ਅਸਟੈਬਲਿਸ਼ ਫੈਮਿਲੀ ਕਹਿੰਦੇ ਹਾਂ, ਸਮੇਂ ਦੀ ਪੜ੍ਹੀ ਲਿਖੀ ਫੈਮਿਲੀ ਹੈ। ਪਿਤਾ ਜੀ ਪਟਵਾਰੀ ਨੇ, ਪੜ੍ਹੇ ਲਿਖੇ ਨੇ, ਖੁਦ ਗੁਰੂ ਨਾਨਕ ਸਾਹਿਬ ਮਹਾਰਾਜ ਬਹੁਤ ਗੂੜ ਗਿਆਨੀ ਸਮਝਦਾਰ ਨੇ, ਪੜ੍ਹੇ ਲਿਖੇ, ਦੁਨਿਆਵੀ ਵਿੱਦਿਆ ਤੋਂ ਜਾਣੂ ਜਾਣੇ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਭਾਈਆ ਜੈ ਰਾਮ ਨਵਾਬ ਦੌਲਤ ਖਾਂ ਦੇ ਬਹੁਤ ਨਜ਼ਦੀਕੀ ਨੇ। ਗੁਰੂ ਸਾਹਿਬ ਦਾ ਸਹੁਰਾ, ਉਹ ਵੀ ਪਟਵਾਰੀ ਹੈ। ਹਜ਼ੂਰ ਆਪ ਕਿੰਨੀ ਵੱਡੀ ਜੌਬ ਤੋਂ ਮੋਦੀਖਾਨੇ ਦੇ ਇੰਚਾਰਜ ਸਨ ਸਤਿਗੁਰੂ। ਪੱਕਦੇ ਵਿਚਾਰ ਕਰਾਂ, ਮੋਦੀਖਾਨਾ ਕੀ ਚੀਜ਼ ਹੁੰਦੀ ਹੈ? ਪੁਰਾਣੇ ਸਮਿਆਂ ਵਿੱਚ ਪੈਸੇ ਦਾ ਚਲਣ ਘੱਟ ਸੀ, ਕਰੰਸੀ ਦਾ, ਅਤੇ ਆਦਾਨ ਪ੍ਰਦਾਨ ਜਿਨਸ ਦੇ ਰੂਪ ਵਿੱਚ ਹੁੰਦਾ। ਜਿਨ੍ਹਾਂ ਨੇ ਉਸ ਸਦੀ ਦਾ ਜਾਂ ਉਸ ਤੋਂ ਬਾਅਦ ਦਾ ਜਿਹੜਾ ਸਟਰਕਚਰ ਹੈ, ਇਕਨੋਮੀਕਲ ਸਟਰਕਚਰ ਜਿਹੜਾ ਪੰਜਾਬ ਦਾ, ਜਿਹਨੇ ਉਹਨੂੰ ਜਾਣਿਆ ਵੀ ਉਹ ਕਿਵੇਂ ਦਾ ਸੀ। ਅੱਜ ਤਾਂ ਤੁਸੀਂ ਵੇਖੋ ਕਿੰਨਾ ਸਮਾਂ ਬਦਲ ਗਿਆ, ਸਾਨੂੰ ਕਈ ਵਾਰ ਕੈਸ਼ ਵੀ ਰੱਖਣ ਦੀ ਲੋੜ ਨਹੀਂ ਪੈਂਦੀ। ਕੋਈ ਸਮਾਂ ਸੀ ਜਦੋਂ ਪੈਸੇ ਦਾ ਚਲਣ ਬੜਾ ਘੱਟ ਸੀ, ਧਾਤੂਆਂ ਦਾ ਚਲਣ ਸੀ, ਪਦਾਰਥ ਦਾ ਚਲਣ ਸੀ। ਇੱਕ ਪਿੰਡ ਵਿੱਚ ਇੱਕ ਜ਼ਿਮੀਂਦਾਰ ਵੱਸਦਾ, ਉਦਾਹਰਣ ਦੇਣਾ, ਇੱਕ ਕੱਪੜਾ ਬੁਣਨ ਵਾਲਾ ਰਹਿੰਦਾ, ਇੱਕ ਜੁੱਤੀਆਂ ਗੰਢਣ ਵਾਲਾ ਰਹਿੰਦਾ, ਇੱਕ ਲੱਕੜ ਦਾ ਕੰਮ ਕਰਨ ਵਾਲਾ ਰਹਿੰਦਾ, ਇੱਕ ਲੋਹੇ ਦਾ ਕੰਮ ਕਰਨ ਵਾਲਾ ਰਹਿੰਦਾ, ਯਾਨੀ ਕਿ ਕਈ ਕਿਸਮ ਦੇ ਕਿੱਤਿਆਂ ਨਾਲ ਸੰਬੰਧਿਤ ਲੋਕ ਰਹਿੰਦੇ। ਪੈਸਾ ਨਾ ਕੋਈ ਪੁੱਛਦਾ ਸੀ ਅਤੇ ਨਾ ਕੋਈ ਦਿੰਦਾ ਸੀ। ਲੱਕੜ ਦਾ ਕੰਮ ਕਰਨ ਵਾਲੇ ਤੋਂ ਲੱਕੜ ਦਾ ਕੰਮ ਕਰਵਾ ਲਿਆਉਣਾ ਅਤੇ ਜਦੋਂ ਫਸਲ ਆਉਣੀ ਤਾਂ ਉਹਦਾ ਹਿੱਸਾ ਪਹਿਲੋਂ ਕੱਢ ਕੇ ਉਹਨੂੰ ਰੱਖ ਦੇਣਾ। ਉਹਦਾ ਸਾਲ ਦਾ ਗੁਜ਼ਾਰਾ ਇਵੇਂ ਚੱਲਦਾ ਸੀ। ਪੈਸਾ ਬੜੀ ਅਮੋਲਕ ਚੀਜ਼ ਸੀ, ਚੱਲਦਾ ਸੀ ਪਰ ਬਹੁਤ ਥੋੜ੍ਹਾ।
ਬਹੁਤਾ ਕੰਮ ਆਦਾਨ ਪ੍ਰਦਾਨ ਸਾਂਝੀਵਾਲਤਾ ਨਾਲ ਇਸ ਤਰ੍ਹਾਂ ਇੱਕ ਦੂਜੇ ਕੋਲੋਂ ਜੋ ਉਹਦੇ ਕੋਲ ਹੈ ਆਪ ਲੈ ਲਓ ਉਹਦਾ ਹਿੱਸਾ, ਜੋ ਤੁਹਾਡੇ ਕੋਲ ਉਹਨੂੰ ਦੇ ਦਿਓ। ਲੋਕ ਇੱਕ ਨੈਚੁਰਲ ਜਿਹਾ ਜੀਵਨ ਜੀਂਦੇ ਸਨ, ਸਧਾਰਨ ਜਿਹਾ ਜੀਵਨ, ਇੱਕ ਦੂਜੇ ਨਾਲ ਵਰਤੋਂ ਵਿਹਾਰ ਜਿਹੜਾ ਇਸ ਕਿਸਮ ਦਾ ਸੀ। ਅਤੇ ਮੋਦੀਖਾਨੇ ਵਿੱਚ ਸਾਰੀ ਜਿਨਸ ਟੈਕਸ ਸਾਰਾ ਕੁਝ ਇਕੱਠਾ ਹੋ ਕੇ ਮੋਦੀਖਾਨੇ 'ਚ ਹੀ ਜਮ੍ਹਾਂ ਹੁੰਦਾ, ਪੈਸਾ ਵੀ ਆਉਂਦਾ ਅਤੇ ਮੋਦੀਖਾਨੇ ਦੇ ਵਿੱਚ ਜਮ੍ਹਾਂ ਹੁੰਦਾ। ਜਿਨਸ ਆਉਂਦੀ ਜਿਹੜੀ, ਜਿਹਨੂੰ ਆਪਾਂ ਚੁੰਗੀ ਟੈਕਸ ਕਹਿ ਦਿੰਦੇ ਹਾਂ, ਵੀ ਜੋ ਖੇਤਾਂ 'ਚੋਂ ਆਇਆ, ਜੋ ਦੁਕਾਨਦਾਰਾਂ ਵਪਾਰੀਆਂ ਤੋਂ ਆਇਆ, ਸਾਰਾ ਕੁਝ ਜਮ੍ਹਾਂ ਮੋਦੀਖਾਨੇ 'ਚ ਹੋਇਆ। ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਣੀਆਂ ਸਨ ਅਤੇ ਉਹ ਜਿਨਸ ਦੇ ਰੂਪ ਵਿੱਚ ਜ਼ਿਆਦਾ ਮਿਲਣੀਆਂ ਅਤੇ ਪੈਸੇ ਦੇ ਰੂਪ ਵਿੱਚ ਥੋੜ੍ਹੀਆਂ ਮਿਲਣੀਆਂ। ਉਹਨਾਂ ਦਾ ਕੋਟਾ ਤੈਅ ਹੁੰਦਾ ਸੀ ਵੀ ਇੰਨੇ ਪੈਸੇ ਮਿਲਣਗੇ, ਇੰਨੀ ਜਿਨਸ ਮਿਲੇਗੀ, ਚੀਜ਼ ਮਿਲੇਗੀ। ਉਹ ਸਾਰਾ ਹਿਸਾਬ ਕਿਤਾਬ ਮੋਦੀਖਾਨੇ ਦੇ ਇੰਚਾਰਜ ਕੋਲ ਹੀ ਹੁੰਦਾ, ਯਾਨੀ ਕਿ ਜਿਹਨੂੰ ਆਪਾਂ ਮਾਲਦਾਰ ਮਹਿਕਮਾ ਕਹਿ ਲੈਂਦੇ ਨਾ, ਜਿਹਦੇ ਵਿੱਚੋਂ ਕੁੰਡੀ ਵੀ ਚੰਗੀ ਲੱਗੇ, ਵਧੀਆ ਲੱਗੇ, ਐਸਾ ਮਹਿਕਮਾ। ਹਜ਼ੂਰ ਜਦੋਂ ਮੋਦੀਖਾਨੇ ਦੇ ਇੰਚਾਰਜ ਬਣੇ ਤਾਂ ਜਿੰਨੇ ਕਰਮਚਾਰੀ ਸਨ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਵੀ ਨਾ ਇਹ ਖਾਂਦਾ ਅਤੇ ਨਾ ਖਾਣ ਦਿੰਦਾ, ਉਤਲੀ ਕਮਾਈ ਨਾ ਇਹ ਕਰਦਾ ਅਤੇ ਨਾ ਸਾਨੂੰ ਕਰਨ ਦਿੰਦਾ। ਸ਼ਿਕਾਇਤਾਂ ਲੈ ਕੇ ਹੀ ਦੌਲਤ ਖਾਂ ਕੋਲ ਉਹ ਬੰਦੇ ਗਏ ਜਿਹਨਾਂ ਨੂੰ ਲੱਗਦਾ ਸੀ ਵੀ ਇਹਦੇ ਆਉਣ ਨਾਲ ਸਾਨੂੰ ਫਰਕ ਪਿਆ। ਤਿੰਨ ਵਾਰ ਉਹਨੇ ਗੁਰੂ ਨਾਨਕ ਸਾਹਿਬ ਦਾ ਹਿਸਾਬ ਕੀਤਾ, ਤਿੰਨੇ ਵਾਰ ਹਜ਼ੂਰ ਦਾ ਹੀ ਵਾਧਾ ਨਿਕਲਿਆ। ਇਹ ਹਜ਼ੂਰ ਦੀ ਆਪਣੇ ਕਾਜ ਕਿਰਤ ਪ੍ਰਤੀ ਵਫਾਦਾਰੀ ਅਤੇ ਇਮਾਨਦਾਰੀ ਦਾ ਸਬੂਤ ਸੀ। ਲੋਕ ਖੁਸ਼ ਸਨ, ਉਹਨਾਂ ਕੋਲੋਂ ਪੂਰਾ ਹੀ ਤੋਲ ਕੇ ਲਿਆ ਜਾਂਦਾ ਸੀ ਅਤੇ ਪੂਰਾ ਹੀ ਤੋਲ ਕੇ ਦਿੱਤਾ ਜਾਂਦਾ ਸੀ। ਇਹ ਨਹੀਂ ਵੀ ਤੋਲਣ ਵੇਲੇ ਵੱਟੇ ਹੋਰ ਹੋਣਗੇ ਅਤੇ ਦੇਣ ਵਾਲੇ ਕੁੰਡੀ ਤਾਂ ਇੱਥੋਂ ਹੀ ਲੱਗਣੀ ਹੈ ਨਾ, ਜਦੋਂ ਲੈਣਾ ਉਦੋਂ ਵੱਟੇ ਭਾਰੇ ਪਾ ਲਓ ਅਤੇ ਜਦੋਂ ਦੇਣਾ ਉਦੋਂ ਵੱਟੇ ਹੌਲੇ ਕਰ ਲਓ। ਤੀਰਾਂ ਤੀਰਾਂ ਦਾ ਸਬਕ ਇੱਥੋਂ ਹੀ ਨਿਕਲਿਆ, ਬਰਾਬਰ ਤੋਲ, ਨਾ ਲੈਣ ਵੇਲੇ ਗਲਤ ਫਹਿਮੀ ਪਏਗੀ ਅਤੇ ਨਾ ਦੇਣ ਵੇਲੇ ਬੇਈਮਾਨੀ ਹੋਏਗੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਐਸੀ ਬਹੁਤ ਉੱਚੀ ਜੌਬ ਉੱਤੇ, ਕਿਰਤ ਉੱਤੇ ਸਨ। ਹਜ਼ੂਰ ਸੱਚੇ ਪਾਤਸ਼ਾਹ ਦਾ ਪਰਿਵਾਰ ਹੈ, ਰਿਸ਼ਤੇਦਾਰ ਨੇ, ਯਾਨੀ ਕਿ ਨਵਾਬ ਦੌਲਤ ਖਾਂ ਤੋਂ ਲੈ ਕੇ ਰਾਏ ਬੁਲਾਰ ਵਰਗੇ, ਜਿਨ੍ਹਾਂ ਦੇ ਅਧੀਨ ਗੁਰੂ ਨਾਨਕ ਸਾਹਿਬ ਦੇ ਪਿਤਾ ਪਟਵਾਰੀ ਦੀ ਕਿਰਤ ਕਰਦੇ ਸਨ, ਉਹ ਹਜ਼ੂਰ ਦਾ ਕਿੰਨਾ ਆਦਰ ਕਰਦਾ। ਇਹ ਸਭੋ ਸੁੱਖ ਸਹੂਲਤਾਂ ਤਿਆਗ ਕੇ ਹਜ਼ੂਰ ਮਹਾਰਾਜ ਨੇ ਖੁਦ ਪੈਂਡਾ ਕਰਨ ਦਾ ਰਾਹ ਚੁਣਿਆ। ਤਕਲੀਫਾਂ ਸਨ, ਦੁੱਖ ਸਨ, ਉਲਝਣਾਂ ਸਨ, ਪਰੇਸ਼ਾਨੀਆਂ ਸਨ, ਖਤਰੇ ਸਨ, ਸਾਰਾ ਕੁਝ ਹੀ ਸਹਿਣਾ ਪੈਣਾ ਸੀ। ਭੁੱਖ ਤੋਂ ਲੈ ਕੇ ਉਨੀਂਦਰੇ ਤੱਕ, ਥਕਾਵਟ ਤੋਂ ਲੈ ਕੇ ਮੁਸੀਬਤਾਂ ਤੱਕ, ਪਰਿਵਾਰ ਤੋਂ ਦੂਰੀ, ਖੌਰੇ ਕਦੋਂ ਮੁੜਿਆ ਜਾਏ, ਪੌਣੇ 8 ਸਾਲ ਤੋਂ ਵਧੇਰੇ ਸਮਾਂ ਤੇ ਪਹਿਲੀ ਉਦਾਸੀ ਤੇ ਹੀ ਗੁਰੂ ਨਾਨਕ ਸਾਹਿਬ ਦਾ ਲੱਗਿਆ। ਤੋ ਇਸ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ, ਜਗਤ ਜਲੰਦੇ ਨੂੰ ਸੋਧਣ ਜਾਨੀ ਸਵਾਰਨ ਲਈ, ਭਲਾ ਕਰਨ ਲਈ ਹਜ਼ੂਰ ਸੱਚੇ ਪਾਤਸ਼ਾਹ ਆਪ ਚੱਲ ਪਏ। ਏਡੀ ਵੱਡੀ ਕੁਰਬਾਨੀ, ਇੰਨਾ ਵੱਡਾ ਤਿਆਗ, ਸਾਰੀਆਂ ਨੇਮਤਾਂ ਜੀਵਨ ਦੀਆਂ ਸਹੂਲਤਾਂ ਕੋਲ ਹੁੰਦਿਆਂ ਹੋਇਆਂ ਉਸ ਸਮੇਂ ਦੀਆਂ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਵਿਖੜੇ ਪੈਂਡਿਆਂ ਦਾ ਸਫ਼ਰ ਆਪ ਕੀਤਾ। ਇਸ ਚੀਜ਼ ਲਈ ਸੰਸਾਰ ਦੇ ਲੋਕਾਂ ਨੂੰ ਅੰਧਕਾਰ ਵਿੱਚੋਂ ਕੱਢਣ ਲਈ ਹਜ਼ੂਰ ਸੱਚੇ ਪਾਤਸ਼ਾਹ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸੇ ਕਰਕੇ ਜਗਦਾ ਹੋਇਆ ਚਿਰਾਗ ਆਖਿਆ। ਬੜਿਓ ਚਿਰਾਗ ਅੰਧਿਆਰ ਮਹਿ, ਸਭ ਕਲਿ ਉਧਰੀ ਇੱਕ ਨਾਮ ਧਰਮ,
ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਸਾਹਿਬ ਕਿਰਪਾ ਕਰਨ, ਕੱਲ੍ਹ ਦੇ ਔਰ ਪਰਸੋਂ ਦੇ ਇਹਨਾਂ ਦੀਵਾਨਾਂ ਵਿੱਚ ਵੀ ਆਪਾਂ ਸਾਹਿਬ ਸਤਿਗੁਰੂ ਮਹਾਰਾਜ ਦੇ ਪਰਉਪਕਾਰੀ ਜੀਵਨ, ਹਜ਼ੂਰ ਦੀ ਬਾਣੀ ਦੀ ਸਿੱਖਿਆ ਬਾਬਤ ਗੁਰਮਤਿ ਵਿਚਾਰਾਂ ਸਾਂਝਿਆਂ ਕਰਨ ਦਾ ਯਤਨ ਕਰਾਂਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ, ਭੁੱਲ ਚੁੱਕ ਦੀ ਖਿਮਾ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।